ਸਮਾਜ ਇੱਕ ਬੜੀ ਇਸ ਟਾਈਮ ਦਵੰਦ ਦੀ ਦਿਸ਼ਾਚਾਰ ਆ ਚੱਲ ਰਿਹਾ ਹੈ ਲੋਕਾਂ ਨੂੰ ਇਹ ਗਿਲੇ ਨੇ ਕਿ ਔਰਤਾਂ ਜਿਹੜੀਆਂ ਨੇ ਉਹ ਘਰ ਖਰਾਬ ਹੋ ਰਹੇ ਨੇ ਬੱਚੇ ਕਨਫਿਊਜ਼ਡ ਨੇ ਉਹਦਾ ਕਾਰਨ ਇਹ ਨਹੀਂ ਕਿ ਔਰਤ ਜਿਹੜੀ ਇਹ ਉਹ ਸਮਾਜ ਤੋਂ ਬਦਲਾਵ ਚਾਹਦੀ ਹੈ ਉਹ ਸਿਰਫ ਸਾਨੂੰ ਇਹ ਐਕਸੈਪਟ ਕਰਨ ਦੀ ਲੋੜ ਹੈ ਕਿ ਸਮਾਜ ਬਦਲ ਗਿਆ ਇਸ ਔਰਤ ਨੂੰ ਅਸੀਂ ਅਸੀਂ ਰਿਸਪੈਕਟ ਦਈਏ ਜਦੋਂ ਤੁਸੀਂ ਔਰਤ ਨੂੰ ਸਾਥੀ ਸਮਝੋਗੇ ਉਹ ਤੁਹਾਡੇ ਤੋਂ ਅੱਗੇ ਨਹੀਂ ਹੋਣਾ ਚਾਹ ਰਹੀ ਉਹ ਸਿਰਫ ਤੁਹਾਡਾ ਹੱਥ ਫੜ ਕੇ ਤੁਹਾਡੇ ਨਾਲ ਹਿੰਮਤ ਦੇ ਨਾਲ ਚੱਲਣਾ ਚਾਹ ਰਹੀ ਹੈ ਨੌਜਵਾਨ ਪੀਡੀਏ ਪੰਜਾਬ ਦੀ ਜਿਹਨੂੰ ਸੇਧ ਦੇਣ ਦੀ ਬੜੀ ਜ਼ਰੂਰਤ ਹੈ ਇਹ ਨਹੀਂ ਕਿ ਉਹਨਾਂ ਚ ਪੋਟੈਂਸ਼ੀਅਲ ਦੀ ਕਮੀ ਹੈ ਲੇਕਿਨ ði thing is ਕਿ ਇੱਕ ਵਿਜਨ ਤੁਹਾਨੂੰ ਦੇਣੀ ਪਏਗੀ ਤੁਸੀਂ ਇੱਕ ਬੱਚੇ ਨੂੰ ਲੈ ਕੇ ਆਏ ਹੋ ਤਾਂ ਉਹਨੂੰ ਦੱਸਣਾ ਪਏਗਾ ਕਿ ਕਰਨਾ ਕੀ ਰੱਖ ਹੌਸਲਾ ਕਰ ਫਤਿਹ ਦੁਨੀਆ ਦੁੱਖ ਸੁੱਖ ਤੇ ਤਾਣਾ ਬਾਣਾ ਹੈ ਜੋ ਦੇਖਦੇ ਨੇ ਉਹ ਟਹਿ ਜਾਂਦੇ ਚੱਲ ਸਮਨ ਸਮੇਂ ਨਾਲ ਕਿ ਤੇਰੇ ਨਾਲ ਜ਼ਮਾਨਾ ਏ ਤੂੰ ਸੌ ਸੂਰਜਾਂ ਦੇ ਸੇਕ ਜਹੀ ਤੂੰ ਸੌ ਸੂਰਜਾਂ ਦੇ ਸੇਕ ਜਹੀ ਅਜੇ ਤਾਂ ਤੂੰ ਇਤਿਹਾਸ ਬਣਾਉਣਾ ਏ ਇੰਡੀਅਨ ਟੈਲੀਵਿਜ਼ਨ ਐਂਕਰ ਐਕਟ੍ਰੈਸ ਪੋएट ਡਾਂਸਰ ਸਿੰਗਰ ਤੇ ਪੰਜਾਬ ਆਰਟਸ ਕਾਉਂਸਲ ਦੀ ਚੇਅਰਪਰਸਨ ਰਹੇ ਸਤਿੰਦਰ ਸੱਤੀ ਅੱਜ ਸਾਡੇ ਨਾਲ ਸਟੂਡੀਓ ਵਿੱਚ ਸ਼ਾਮਲ ਹੋ ਰਹੇ ਨੇ ਅਸੀਂ ਕੱਲ ਨੂੰ ਇੰਟਰਨੈਸ਼ਨਲ ਵਿਮਨਸ ਡੇ ਵੀ ਮਨਾ ਰਹੇ ਹਾਂ ਵਿਮਨ ਏਮਪਾਵਰਮੈਂਟ ਦੀ ਗੱਲ ਵੀ ਹੋਣੀ ਹੈ ਤੇ ਕੱਲ ਇਹਨਾਂ ਦੇ ਰੁਝੇਵੇਂ ਥੋੜੇ ਜਿਹਾ ਜ਼ਿਆਦਾ ਸਨ ਜਿਸ ਕਰਕੇ ਅਸੀਂ ਅੱਜ ਇਹਨਾਂ ਨੂੰ ਬੇਨਤੀ ਕੀਤੀ ਤੇ ਸਾਡੀ ਬੇਨਤੀ ਇਹਨਾਂ ਨੇ ਪ੍ਰਵਾਨ ਕੀਤੀ ਹੈ ਸਤਿੰਦਰ ਸੱਤੀ ਸਾਡੇ ਨਾਲ ਸਟੂਡੀਓ 'ਚ ਨੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਥੈਂਕ ਯੂ ਵੈਰੀ ਮੱਚ ਰਿਸ਼ੀ ਜੀ ਥੈਂਕ ਯੂ ਰੈਡ ਐਫ ਐਮ ਤੁਹਾਡਾ ਬਹੁਤ ਹੀ ਪਪੂਲਰ ਸ਼ੋਅ ਹੈ ਸਾਰਿਆਂ ਨੇ ਮੈਨੂੰ ਜਦੋਂ ਕਿਹਾ ਮੈਂ ਰੈਡ ਐਫ ਐਮ ਤੇ ਮੈਂ ਆਪਣੀ ਕਜ਼ਨਸ ਨੂੰ ਦੱਸਦੀ ਕਹਿੰਦੇ ਰਿਸ਼ੀ ਜੀ ਵਾਲੇ ਸ਼ੋਅ ਤੇ ਜਾਣਾ ਤਾਂ ਟ੍ਰੂਲੀ ਆਨਲਾਈਨ ਸੋ ਨਾਈਸ ਬਹੁਤ ਮਿਹਰਬਾਨੀ ਜੀ ਤੁਹਾਡਾ ਥੈਂਕ ਯੂ ਤੇ ਕਿਵੇਂ ਲੱਗਿਆ ਤੁਹਾਡਾ ਤੁਸੀਂ ਪਹਿਲਾਂ ਵੀ ਆਏ ਹੋ ਕੈਲਗਰੀ ਹਾਂਜੀ ਮੈਂ ਆਈ ਹਾਂ ਤੇ ਹੁਣ ਤੁਸੀਂ ਵਕੀਲ ਵੀ ਬਣ ਗਏ ਹੋ ਕੈਲਗਰੀ ਚ ਹਾਂਜੀ ਤੇ ਇਹ ਸਫਰ ਥੋੜੀ ਜੀ ਸਫਰ ਦੀ ਜਾਣਕਾਰੀ ਦਿਓ ਸਾਨੂੰ ਇੰਨੇ ਗੁਣ ਮੈਂ ਤੁਹਾਨੂੰ ਦੱਸੇ ਸਾਰੇ ਸੌਫਟ ਆਰਟਸ ਨੇ ਤੇ ਤੁਸੀਂ ਵਕੀਲਾ ਵਕੀਲ ਵੀ ਬਣ ਜਾਣਾ ਹੈ ਤੇ ਇਹ ਬੜਾ ਹਾਰਡ ਕੰਮ ਹੈ ਉਹ ਅਸਲਚ ਮੈਂ ਵਕੀਲ ਤੇ ਪਹਿਲਾਂ ਹੀ ਸੀਗੀ ਮੈਂ ਆਰਟਿਸਟ ਬਾਅਦ ਚ ਬਣੀ ਆ ਤੇ ਵਕੀਲ ਪਹਿਲਾਂ ਸੀ ਮੈਂ ਐਲ ਐਲ ਬੀ ਫਰਸਟ ਇਅਰ ਚ ਸੀ ਜਦੋਂ ਮੈਂ ਦੂਰਦਰਸ਼ਨ ਤੇ ਲਿਸ਼ਕਾਰਾ ਸ਼ੁਰੂ ਕੀਤਾ ਸੀ ਪਰ ਮੇਰੇ ਫਾਦਰ ਆਰਮੀ ਚ ਸੀ ਤੇ ਬੜੀ ਮਤਲਬ ਸਾਰੇ ਬੱਚੇ ਪੜ੍ਹੇ ਮੇਰੇ ਫਾਦਰ ਨੇ ਪੜ੍ਹਾਏ ਸੀ ਤੇ ਉਹਨਾਂ ਦੀ ਇੱਕੋ ਕਮਿਟਮੈਂਟ ਸੀ ਕਿ ਮੈਂ ਟੀਵੀ ਕਰਨ ਤੋਂ ਨਹੀਂ ਤੈਨੂੰ ਰੋਕਦਾ ਲੇਕਿਨ ਐਜੂਕੇਸ਼ਨ ਜ਼ਰੂਰ ਕਰਨੀ ਐ ਏਟਲੀਸਟ ਮਾਸਟਰਸੀ ਜ਼ਰੂਰ ਕਰਨੀ ਐ ਤੇ ਮੈਨੂੰ ਯਾਦ ਹੈ ਕਿ ਮੈਂ ਨਾ ਉਧਰੋਂ ਪ੍ਰੋਗਰਾਮ ਕਰਕੇ ਆਣਾ 9 ਸਾਲ ਦਾ ਉਹ ਮੈਂ ਲੈਂਗਾ ਪਾਇਆ ਹੁਣ ਤਾਂ ਮੈਂ ਸਿੱਧਾ ਹੀ ਐਗਜ਼ਾਮਸ ਚ ਸੂਰੇ ਜਾ ਕੇ ਬੈਠਾ ਨਾ ਆਈ ਹੈ ਸੀਨ दैट ਟਾਈਮ ਆਲਸੋ ਬਟ ਆਈ ਕੰਪਲੀਟਡ ਮਾਈ ਐਲ ਐਲ ਬੀ ਫਿਰ ਐਲ ਐਲ ਐਮ ਉਹ ਕੀ ਹੋਇਆ ਕਿ ਉਹਦੇ ਦੌਰਾਨ ਹੀ ਮੈਂ ਟੈਲੀਵਿਜ਼ਨ ਚਾਂਨ ਲੱਗ ਪੀ ਤੇ ਇੰਨੇ ਰੁਝੇਵੇਂ ਵਧ ਗਏ ਕਿ ਮੈਨੂੰ ਕਦੀ ਪ੍ਰੈਕਟਿਸ ਕਰਨ ਦਾ ਬਕਾਇਦ ਕੀ ਸ਼ੁਰੂਆਤ ਚ ਮੈਂ ਕੀਤੀ ਉੱਥੇ ਇੰਡੀਆ ਪ੍ਰੈਕਟਿਸ ਹਾਈ ਕੋਰਟ ਦੇ ਵਿੱਚ ਲੇਕਿਨ ਮੈਨੂੰ ਉਹਨਾ ਟਾਈਮ ਨਹੀਂ ਮਿਲ ਪਾਇਆ ਹੈਗਾ ਜਿੰਨਾ ਕਿ ਮੈਂ ਰੈਗੂਲਰ ਕਰ ਪਾਉਂਦੀ ਉਸ ਤੋਂ ਬਾਅਦ ਫਿਰ ਕੋਵਿਡ ਹੋਇਆ ਤੇ ਮੈਂ ਇੱਥੇ ਸ਼ੋਅ ਕਰਨ ਲਈ ਆਈ ਹੋਈ ਸੀ ਅਮ 26 ਤਰੀਕ ਦੀ ਮੇਰੀ ਫਲਾਈਟ ਸੀ ਤੇ 22 ਮਾਰਚ ਨੂੰ ਲਾਕਡਾਊਨ ਬਿਲਕੁਲ ਬਿਲਕੁਲ ਠੀਕ ਹੈ ਪੂਰੀ 22 ਮਾਰਚ ਨੂੰ ਪੂਰਾ ਬੰਦ ਹੋ ਗਿਆ ਤੇ ਮੈਨੂੰ ਸਮਝ ਹੀ ਨਹੀਂ ਆਇਆ ਕਿ ਮੈਂ ਕਰਾਂ ਤੇ ਕਰਾਂ ਕਿ ਕਿਉਂਕਿ ਉਹ ਉਦੋਂ ਮਾਹੌਲ ਇਸ ਤਰ੍ਹਾਂ ਸੀਗਾ ਕਿ ਅਨਐਕਸਪੈਕਟਿਡ ਸੀਗਾ ਕਦੀ ਦੁਨੀਆ ਇਸ ਤਰ੍ਹਾਂ ਬੰਦ ਹੀ ਨਹੀਂ ਸੀ ਹੋਈ ਤੇ ਮੇਰੇ ਬਹੁਤ ਸਾਰੇ ਕਲਾਸਮੇਟਸ ਟੋਰਾਂਟੋਈ ਵਕੀਲ ਨੇ ਤੇ ਮੈਨੂੰ ਸਾਰਿਆਂ ਨੇ ਕਿਹਾ ਵੀ ਤੂੰ ਲਾ ਦੀ ਡਿਗਰੀ ਕਰ ਲੈ ਤੇ ਵਿਦਨ ਮੈਨੂੰ ਮੈਂ ਜ਼ਿਆਦਾ ਡਿਸੀਜਨ ਮੇਕਰ ਹਾਂ ਮੈਂ ਜ਼ਿਆਦਾ ਸੋਚਦੀ ਨਹੀਂ ਮੈਂ ਲਾ ਦੀ ਆਪਣੀ ਏਵੈਲੂਏਸ਼ਨ ਕੀਤੀ ਤੇ ਮੈਨੂੰ 6 ਐਗਜ਼ਾਮਸ ਆ ਗਏ ਤੇ ਉਹ ਇਥੇ ਬੜੀ ਖੂਬਸੂਰਤੀ ਕਿ ਜਦੋਂ ਤੁਸੀਂ ਤਿਆਰ ਹੋ ਨਾ ਤੁਸੀਂ ਉਹਦੇ ਪੇਪਰ ਦੇ ਸਕਦੇ ਹੋ ਇਹ ਨਹੀਂ ਹੈ ਕਿ ਸਾਲ ਵਿੱਚੋਂ ਪੇਪਰ ਦੇ ਨਹੀਂ ਮੇਰੇ ਲਈ ਬੜਾ ਫੋਰਚੂਨੇਟ ਸੀ ਕਿ ਮੈਂ ਬਿਲਕੁਲ ਫ੍ਰੀ ਸੀ ਤੇ ਪੜ੍ਹਨ ਦਾ ਮੈਨੂੰ ਵੈਸੇ ਹੀ ਸ਼ੌਕ ਹੈ ਮੇਰੇ ਘਰ ਅੱਛੀ ਲਾਇਬ੍ਰੇਰੀ ਔਰ ਮੈਂ ਸਾਈਮਲਟੇਨੀਅਸਲੀ ਮੇਰਾ ਸਟੇਜ ਦਾ ਕੰਮ ਇਹੋ ਜਿਹਾ ਕਿ ਮੈਂ ਪੜ੍ਹਦੀ ਰਹੀ ਹਾਂ ਤੇ ਮੈਂ ਐਗਜ਼ਾਮਸ ਦੇਨੇ ਸ਼ੁਰੂ ਕੀਤੇ ਮੈਂ 6-7 ਮਹੀਨੇ ਦੇ ਵਿੱਚ ਸਾਰੇ ਐਗਜ਼ਾਮਸ ਨਾਲ ਦੇ ਨਾਲ ਹੀ ਕਲੀਅਰ ਕਰ ਦਿੱਤੇ ਇਹਦਾ ਮਤਲਬ ਤੁਸੀਂ ਹੁਸ਼ਿਆਰ ਵੀ ਆ ਹਾਂ ਪਰ ਕਹਿ ਸਕਦੇ ਹੋ ਤੁੱਕਾ ਚੱਲ ਜਾਂਦਾ ਮੇਰਾ ਤੇ ਉਸ ਤੋਂ ਬਾਅਦ ਫਿਰ ਬੈਰੀਸਟਰ ਸੌਲਿਸਟਰ ਇੱਥੇ ਕਾਫੀ ਲੰਬਾ ਪ੍ਰੋਸੈਸ ਤੇ ਇੰਟੈਂਸ ਤੇ ਬੜਾ ਲੰਬਾ ਪ੍ਰੋਸੈਸ ਲੇਕਿਨ ਮਤਲਬ ਮੈਨੂੰ ਇੱਥੇ ਐਜੂਕੇਸ਼ਨ ਮੈਂ ਇਨੀ ਇੰਜੋਏ ਕੀਤੀ ਜਿੰਨੀ ਮੈਂ ਆਪਣੀ ਪੂਰੀ ਲਾਈਫ ਦੀ ਐਜੂਕੇਸ਼ਨ ਨਹੀਂ ਇੰਜੋਏ ਕੀਤੀ ਇਹਨਾਂ ਦਾ ਤਰੀਕਾ ਜਿਹੜਾ ਹੈ ਮਤਲਬ ਮੈਂ ਜਦੋਂ ਲਾ ਕਰ ਰਹੀ ਸੀ ਇਹਨਾਂ ਦੇ ਮੈਨੂੰ ਲੱਗਾ ਕਿ ਵਾਹ ਮਤਲਬ ਕੀ ਬਾਤ ਹੈ ਇਹਨਾਂ ਦੀ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੈ ਖਾਸ ਤੌਰ ਤੇ ਅਲਬਰਟਾ ਲਾ ਸਕੂਲ ਦਾ ਆਪਣੇ ਆਪ ਚ ਇਨਾ ਅੱਛਾ ਡਿਜ਼ਾਈਨ ਕੀਤਾ ਉਹ ਨਾਲ ਤੋਂ ਨੂੰ ਮੈਂਟਲੀ ਤੁਹਾਨੂੰ ਇਮੋਸ਼ਨਲੀ ਇਨਾ ਮਤਲਬ ਉਹ ਤੁਹਾਡੀ ਵਿਜਨ ਬ੍ਰਾਡ ਕਰ ਦਿੰਦਾ ਹੈ ਮੈਂ ਤੁਹਾਨੂੰ ਦੱਸਦੀ ਵੀ ਉਹਦੇ ਵਿੱਚ ਨਾ ਸਾਨੂੰ ਕੁਝ ਉਹਨਾਂ ਦੇ ਵਰਕਸ਼ਾਪਸ ਹੁੰਦੀਆਂ ਨੇ ਵਰਕਸ਼ਾਪਸ ਦੇ ਵਿੱਚ ਨਾ ਅਸੀਂ ਮੈਂ ਸੀ ਤੇ ਇੱਕ ਹੋਰ ਪਾਕਿਸਤਾਨੀ ਸੀ ਬਸ ਦੋ ਹੀ ਜਣੇ ਸੀ ਬਾਕੀ ਸਾਰੇ ਗੋਰੇ ਸੀ ਇਹਨਾਂ ਦੇ ਲਾ ਸਕੂਲ ਦੇ ਬੱਚੇ ਤੇ ਉਹਨਾਂ ਨੇ ਸਾਨੂੰ ਨਾ ਵੇਖਦੇ ਨੇ ਕਿ ਤੁਸੀਂ ਬਾਇਸ ਤੇ ਨਹੀਂ ਹੋ ਕਿਉਂਕਿ ਉਹ ਲਾਇਰਸ ਨੂੰ ਤੁਹਾਨੂੰ ਪਤਾ ਹਾਈਲੀ ਉਹਨਾਂ ਦਾ ਰਿਸਪੈਕਟਡ profession ਨੇ ਉਹ ਪੂਰਾ ਮਿਨੀਊਟਲੀ ਤੁਹਾਨੂੰ ਚੈੱਕ ਕਰਦੇ ਨੇ ਕਿ ਤੁਹਾਡਾ ਡਿਜ਼ਾਈਨ ਹੀ ਤੌਰ ਤੇ ਠੀਕ ਬੰਦਾ ਮਤਲਬ ਕਾਸਟ ਕਲਰ ਇਹ ਸਭ ਚੀਜ਼ਾਂ ਤੇ ਉਹਨਾਂ ਸਾਨੂੰ ਡਿਜੀਟਲ ਅਮਾਉਂਟ ਦਿੰਦੇ ਨੇ ਕੁਝ ਵੀ ਇਹਦੇ ਨਾਲ ਤੁਸੀਂ ਨਾ ਮਤਲਬ ਉਹ ਖਰੀਦਦੇ ਨੇ ਆਪਣਾ ਵਰਡ ਟ੍ਰਿਪ ਤੁਸੀਂ ਆਪਣੇ ਸਪਾਊਸ ਦੀ ਉਹ ਖਰੀਦਣੀ ਹੈ ਇੰਸ਼ੋਰੈਂਸ ਤੁਸੀਂ ਆਪਣੇ ਘਰ ਦੇ ਆ اچھا ਮੈਂ ਤੇ ਉਹ ਕੁੜੀ ਨੇ ਕਲਚਰਲੀ ਅਸੀਂ ਆਪਣਾ ਸਪਾਊਸ ਦੀ ਇੰਸ਼ੋਰੈਂਸ ਇਹ ਚੀਜ਼ਾਂ ਮਤਲਬ ਘਰੇਲੂ ਚੀਜ਼ਾਂ ਕਰੀ ਤੇ ਫਿਰ ਉਹਨਾਂ ਨੇ ਸਾਨੂੰ ਉਸ ਤੋਂ ਬਾਅਦ ਇੱਕ ਇੱਕ ਸਾਢੇ ਤੇ ਸੈਸ਼ਨ ਲਾਇਆ ਕਿ ਦੇਖੋ ਥਿਸ ਇਜ਼ ਅ ਵੈਰੀ ਇੰਟੈਂਸ profession ਇਹ ਤੇ ਬੜਾ ਪ੍ਰੈਸ਼ਰ ਵਾਲਾ ਹੈ ਤੁਹਾਨੂੰ ਸੈਲਫ ਲਵ ਜਿਹੜਾ ਇਹ ਉਹ ਆਪਣਾ ਕਰਨਾ ਪੈਣਾ ਹੈ ਜੀ ਬਿਲਕੁਲ ਕਿੰਨੀ ਖੂਬਸੂਰਤ ਗੱਲ ਲੀ ਮਤਲਬ ਦ ਵੇ ਥੇ টিਚ ਯੂ ਕਿ ਤੁਸੀਂ ਕੋਈ ਕਲਾਇੰਟ ਆਇਆ ਹੈ ਤੁਹਾਨੂੰ ਉਹਦੀ ਲੈਂਗੁਏਜ ਪਹਿਲਾਂ ਉਹਨੂੰ ਰਿਸਪੈਕਟ ਦੇਣਾ ਵੀ ਤੂੰ ਕਿਹੜੀ ਲੈਂਗੁਏਜ 'ਚ ਗੱਲ ਕਰੇ ਇੰਨਾ ਜ਼ਿਆਦਾ ਮਿਨੀਊਟਲੀ ਬੰਦੇ ਨੂੰ ਰਿਸਪੈਕਟ ਦਿੰਦੇ ਨੇ ਜਦੋਂ ਮੈਂ ਇੱਥੇ ਉਹਨ ਲਾ ਦੀ ਉਦਨ ਲਾਇਸੈਂਸਿੰਗ ਮੇਰੀ ਓਥ ਹੋਈ ਜਿਸ ਦਿਨ ਬਾਹਰ ਕਾਲਿੰਗ ਸੀ ਜੀ ਕਾਲ ਚ ਬਾਹਰ ਸੀ ਮੇਰੀ ਵਟ ਇਨ ਅ ਬਿਊਟੀਫੁਲ ਪ੍ਰੋਸੈਸ ਉਹਨਾਂ ਦੇ ਜੱਜ ਨੇ ਕਿਹਾ ਕਿ ਮੈਂ ਹਜ਼ਾਰਾਂ ਲੋਕਾਂ ਨੂੰ ਉਹਨਾਂ ਨੇ ਜਦੋਂ ਮੇਰਾ ਪ੍ਰੋਫਾਈਲ ਪੜਿਆ ਜਾ ਚੀ ਉਹ ਕਹਿੰਦਾ ਮੈਂ ਹਜ਼ਾਰਾਂ ਬੱਚਿਆਂ ਨੂੰ ਲੋਅ ਡਿਗਰੀ ਦਿੱਤੀ ਪਰ ਕਿਸੇ ਸੈਲੀਬ੍ਰਿਟੀ ਨੂੰ ਮੈਂ ਲੋਅ ਡਿਗਰੀ ਦੇਣਾ ਇਹ ਮੇਰਾ ਪਹਿਲਾ ਜੀਵਨ ਦਾ ਤਜਰਬਾ ਹੈ ਜੀ ਜੀ ਉਹਨਾਂ ਦੀ ਲੋਅ ਕਲਰਕ ਜਿਹੜੀ ਸੀਗੀ ਸ਼ੀ ਵਾਸ ਲਾਈਕ ਸ਼ੀ ਵਾਸ ਇਨ ਟियर्स ਉਹ ਕਹਿੰਦੀ ਵੀ ਮੈਂ ਇੰਨਾ ਅੱਛਾ ਮਤਲਬ ਇੰਨਾ ਤਰ੍ਹਾਂ ਇੰਟੈਂਸ ਕੈਰੀਅਰ ਹੈ ਇਹ ਜਿਹੜੀ ਹਿਊਮੈਨਿਟੀ ਹੈ ਔਰ ਰਿਸਪੈਕਟ ਟੂਵਰਡਸ professions ਉਮੇ ਇੱਥੇ ਬਹੁਤ ਜ਼ਿਆਦਾ ਦੇਖੀ ਹੈ ਤੇ ਮੈਨੂੰ ਇਹ ਮੈਂ फटाफट ਇਸ ਕਰਕੇ ਕਰ ਲਿਆ ਵੀ ਮੈਨੂੰ ਖੂਬਸੂਰਤੀ ਇੱਥੋਂ ਦੀ ਬੜੀ ਚੰਗੀ ਲੱਗੀ ਜੀ ਜੀ ਬਿਲਕੁਲ ਤੇ ਤੁਹਾਡੀ ਪਰਿਵਾਰਕ ਪਿਛੋਕੜ ਤੁਸੀਂ ਥੋੜਾ ਜਿਹਾ ਦੱਸਿਆ ਸਾਨੂੰ ਥੋੜਾ ਜਿਹਾ ਵਿਸਥਾਰ ਚ ਦੱਸੋ ਤੁਹਾਡੇ ਪਰਿਵਾਰ ਚ ਹੋਰ ਕੋਣ ਨੇ ਤੁਸੀਂ ਬਟਾਲੇ ਤੋਂ ਉਹ ਇੰਨਾ ਕੁ ਮੈਨੂੰ ਪਤਾ ਜੀ ਹਾਂਜੀ ਸ਼ਿਵ ਕੁਮਾਰ ਬਟਾਲਵੀ ਦਾ ਸ਼ਹਿਰ ਬਾਬਾ ਨਾਨਕ ਦੇ ਸੌਰੀ ਜੀ 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 ਬਿਲਕੁਲ ਸੋ ਬਟਾਲੇ ਤੋਂ ਅਮੇ ਜੀ ਔਰ ਮੇਰੇ ਫਾਦਰ ਰਿਟਾਇਰਡ ਆਰਮੀ ਆਫੀਸਰ ਨੇ ਮਦਰ ਮੇਰੇ ਹਾਊਸ ਵਾਈਫ ਨੇ ਸਿਸਟਰ ਨੇ ਵਰਡਿਓ ਲੈਕਚਰਰ ਨੇ ਯੂਨੀਵਰਸਿਟੀ ਚ ਉੱਤੇ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਬ੍ਰਦਰ ਮੇਰੇ ਯੂਐਸ ਨੇ ਰਾਈਟ ਤੇ ਮਤਲਬ ਬੜਾ ਛੋਟੀ ਜੀ ਫੈਮਿਲੀ ਹੈ ਬਟ ਸਾਰੇ ਪੜੇ ਲਿਖੇ এডਿਕੇਟਿਡ ਨੇ ਸੈਕਿੰਡ ਚੀਜ਼ ਇਹ ਹੈ ਕਿ ਮਤਲਬ ਮੇਰੇ ਫਾਦਰ ਬੜੇ ਬੜੇ ਸ਼ੁਰੂ ਤੋਂ ਖੁੱਲੇ ਵਿਚਾਰਾਂ ਦੇ ਉਹਨਾਂ ਨੇ ਤੁਹਾਨੂੰ ਮਤਲਬ ਮੈਨੂੰ ਇਹ ਲੱਗਦਾ ਕਿ ਅੱਜ ਮੈਂ ਜੋ ਵੀ ਹਾਂ ਉਹਨਾਂ ਨੇ ਇੱਕ ਚੀਜ਼ ਸਾਨੂੰ ਹਮੇਸ਼ਾ ਸਿਖਾਈ ਸੀ ਕਿ ਬੇਟਾ ਚੱਲਣਾ ਤੁਸੀਂ ਆਪ ਏ ਉਹਦੇ ਚ ਤੁਸੀਂ ਡਿੱਗਣਾ ਵੀ ਹੈ ਲਾਈਫ ਤੇ ਉਹ ਜੇ ਪਾਥ ਹਰ ਬੰਦੇ ਦੇ ਅਪਸ ਐਂਡ ਡਾਊਨ ਹੁੰਦੇ ਨੇ ਬਟ ਮੇਰੇ ਫਾਦਰ ਇੰਨੀ ਵੱਡੀ ਸਪੋਰਟ ਰਹੇ ਨੇ ਮੇਰੀ ਉਹਨਾਂ ਨੇ ਹਮੇਸ਼ਾ ਮੈਨੂੰ ਕਿਹਾ ਕਿ ਯੂ ਹੈਵ ਓਨਲੀ 1 ਲਾਈਫ ਜੀ ਬਿਲਕੁਲ ਤੇਰਾ ਜਿਸ ਤਰ੍ਹਾਂ ਦਿਲ ਕਰਦਾ ਮਤਲਬ ਕਈ ਵਾਰ ਉਹਨਾਂ ਨੂੰ ਕੁਐਸਚਨ ਹੁੰਦਾ ਸੀ ਵੀ ਕੁੜੀ ਵਿਆਹ ਨਹੀਂ ਕਰਾ ਰਹੀ ਐ ਤੁਸੀਂ ਪੜਾ ਰਹੇ ਹੋ ਇੰਨਾ ਟੀਵੀ 'ਚ ਕੰਮ ਕਰ ਮਤਲਬ ਤੁਹਾਨੂੰ ਪਤਾ ਸੀ ਬੜੇ ਟ੍ਰੈਡੀਸ਼ਨਲ ਫੈਮਿਲੀ ਛੋਟੇ ਪਰਿਵਾਰਾਂ ਦੇ ਲੋ ਮਿਡਲ ਕਲਾਸ ਦੇ ਛੋਟੀਆਂ ਛੋਟੇ ਸ਼ਹਿਰਾਂ ਦੇ ਬੱਚੇ ਆ ਬਟ ਮੇਰੇ ਫਾਦਰ ਨੇ ਇੰਨਾ ਖੂਬਸੂਰਤੀ ਨਾਲ ਸਾਡੀ ਅਪ ਬ੍ਰਿੰਗਿੰਗ ਕੀਤੀ ਹੈ ਨਾ ਕਿ ਉਹਨਾਂ ਨੇ ਸਾਨੂੰ ਇੱਕ ਚੀਜ਼ ਦਿਖਾਈ ਸੀ ਵੀ ਦੁਨੀਆਂ 'ਚ ਕੋਈ ਬੰਦਾ ਵੱਡਾ ਨਹੀਂ ਹੁੰਦਾ ਤੇ ਤੁਸੀਂ ਆਪਣੇ ਕੰਮ ਨਾਲ ਵੱਡੇ ਜ਼ਰੂਰ ਹੋ ਕੇ ਦਿਖਾਣਾ ਇਸ ਕਰਕੇ ਮੈਨੂੰ ਲੱਗਦਾ ਜਿਹੜਾ ਕੌਨਫੀਡੈਂਸ ਹੈ ਉਹ ਮੇਰੇ ਫਾਦਰ ਨੇ ਸਾਨੂੰ ਦਿੱਤਾ ਹੈ ਇਹ ਜਿਹੜੀ ਗੱਲ ਮੈਂ ਸੋਚਦਾ ਸੀ ਵੀ ਮੈਂ ਪੁੱਛਾਂ ਪਰ ਤੁਸੀਂ ਆਪ ਹੀ ਕਰ ਦਿੱਤੀ ਵਿਆਹ ਬਾਰੇ ਕੀ ਵਿਚਾਰ ਹੈ ਤੁਹਾਡਾ ਇਹ ਬੜਾ ਮਤਲਬ ਮੈਨੂੰ ਲੱਗਦਾ ਯੂਨੀਵਰਸਲ ਕੁਐਸਚਨ ਹੋ ਗਿਆ ਏ ਮੈਨੂੰ ਵੀ ਮੈਨੂੰ ਵੀ ਲੱਗਿਆ ਜੀ ਮੈਂ ਮੈਂ ਇਸ ਕਲਾਸ ਪਰ ਖਫਾ ਹੋ ਗਿਆ ਮੈਂ ਕਲ ਮੰਨੀ ਹੈ ਇੱਕ ਕਲ ਮੰਨੀ ਪਈ ਕਿ ਜਿੰਨੀਆਂ ਵੀ ਕਾਮਯਾਬ ਔਰਤਾਂ ਨੇ ਪਾਵਰਫੁਲ ਮਤਲਬ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਅਚੀਵ ਕਰਦੇ ਹੋ ਉਹਨਾਂ ਥੋੜਾ ਜਿਹਾ ਮੈਨੂੰ ਲੱਗਦਾ ਕਿ ਲੋਕ ਡਰਦੇ ਵੀ ਨੇ ਇਟ ਇਜ਼ ਵੈਰੀ ਡਿਫਿਕਲਟ ਟੂ ਫਾਈਂਡ ਮੈਂ ਅਸੀਂ ਅੱਜ ਮੇਰੇ ਸਵੇਰੇ ਇੱਕ ਹਿੰਦੀ ਤੇ ਇੰਡੀਆ ਟੀਵੀ ਤੇ ਸ਼ੋਅ ਸੀਗਾ ਉਹ ਇਹ ਏ ਵਿਮਨ ਏਮਪਾਵਰਮੈਂਟ ਤੇ ਤੇ ਉਹਦੇ ਵਿੱਚ ਇਹੀ ਗੱਲ ਚੱਲ ਰਹੀ ਸੀਗੀ ਕਿ ਇਹ ਇਹ ਕਿਉਂ ਮੁੱਦਾ ਹੈ ਮੈਂ ਮੈਂ ਇੱਕ ਗੱਲ ਜਾਨਣੀ ਚਾਹੁੰਦਾ ਆਮ ਤੌਰ ਤੇ ਕਿਹਾ ਜਾਂਦਾ ਕਿ ਹਰੇਕ ਸਕਸੈਸਫੁਲ ਆਦਮੀ ਦੇ ਪਿੱਛੇ ਇੱਕ ਔਰਤ ਹੁੰਦੀ ਹੈ ਤੇ ਸਕਸੈਸਫੁਲ ਔਰਤ ਦੇ ਪਿੱਛੇ ਕੌਣ ਹੁੰਦਾ ਮੈਨੂੰ ਲੱਗਦਾ ਹਰ ਕਾਮਯਾਬ ਔਰਤ ਦੇ ਪਿੱਛੇ ਉਹਦਾ ਬਾਪ ਜ਼ਰੂਰ ਹੁੰਦਾ ਕਿਉਂਕਿ ਘਰ ਜਿਹੜਾ ਨਾ ਅਗਰ ਮਤਲਬ ਫੀਮੇਲ ਦੇ ਲਈ ਉਹਦਾ ਫਾਦਰ ਬੜਾ ਇੰਪੋਰਟੈਂਟ ਹੁੰਦਾ ਕਿਉਂਕਿ ਵਿਆਹ ਤੇ ਉਹਦਾ ਬਾਅਦ ਚ ਹੋਣਾ ਹੈ ਲੇਕਿਨ ਅਗਰ ਤੁਸੀਂ ਦੀ ਬਰਿੰਗਿੰਗ ਦੇ ਵਿੱਚ ਉਹਨੂੰ ਉਨੀ ਉਨੀ ਉਡਣ ਦੀ ਉਡਾਨ ਨਹੀਂ ਤੁਸੀਂ ਦਵੋਗੇ ਤੇ ਉਹਦੇ ਖੰਭ ਕੱਟ ਦਵੋਗੇ ਮੈਂ ਦੇਖਿਆ ਨੇ ਬੜੀਆਂ ਇੰਟੈਲੀਜੈਂਟ ਕੁੜੀਆਂ ਜਿਹੜੀਆਂ ਜਿਨ੍ਹਾਂ ਦਾ ਬੜੀ अर्ਲੀ ਵਿਆਹ ਹੋ ਜਾਂਦਾ ਔਰ ਉਹ ਸਾਰੀ ਜ਼ਿੰਦਗੀ ਮੈਂ ਆਪਣੇ ਸੋਲ ਬਲੌਗਸ ਜਦੋਂ ਕਰਦੀਆਂ ਤੇ ਮੈਨੂੰ ਇੰਨੀਆਂ ਸਾਰੀਆਂ ਔਰਤਾਂ YouTube ਤੇ ਉੱਤੇ ਉਹ ਕੁਐਸਚਨ ਮੈਨੂੰ ਇੱਡਾ-ਇੱਡੀਆਂ ਲੰਮੀਆਂ ਚਿੱਠੀਆਂ ਲਿਖਦੀਆਂ ਨੇ ਕਿ ਮੇਰੇ 'ਚ ਸਮਰੱਥਾ ਸੀ ਕਰਨ ਦੀ ਲੇਕਿਨ ਕਿਉਂਕਿ ਮੈਂ ਇਹੋ ਜੇ ਸਿਚੁਏਸ਼ਨ 'ਚ ਮੇਰਾ ਵਿਆਹ ਹੋ ਗਿਆ ਮੇਰੇ ਫਾਦਰ ਨੂੰ ਅੱਗੋਂ ਮੈਨੂੰ ਫੈਮਿਲੀ ਨੇ ਸਪੋਰਟ ਨਹੀਂ ਕੀਤਾ ਬਟ ਮੈਨੂੰ ਇਹ ਲੱਗਦਾ ਕਿ ਦੇਖੋ ਸਮਾਜ ਬਦਲ ਰਿਹਾ ਸਾਨੂੰ ਔਰਤਾਂ ਨੂੰ ਇਹ ਜਗ੍ਹਾ ਦੇਣੀ ਪਵੇਗੀ ਹੁਣ ਉਹ ਔਰਤ 100 ਸਾਲ ਪੁਰਾਣੀ ਨਹੀਂ ਰਹੀ ਅੱਜ ਜੇ ਦੇਖੋ ਫਾਈਨੈਂਸ਼ੀਅਲੀ ਆਦਮੀ ਤੇ 80% ਔਰਤਾਂ ਡਿਪੈਂਡੈਂਟ ਨਹੀਂ ਨੇ ਔਰ ਇਹ ਸਮਾਜ ਜਿਹੜਾ ਬਦਲਾਵ ਮੈਂ ਕਹਿੰਨੀ ਕਿ ਇਹ ਬਦਲਾਵ ਨਹੀਂ ਹੈ ਬਦਲ ਚੁੱਕਿਆ ਹੈ ਔਰ ਜਿੰਨੀ ਜਲਦੀ ਇਹਨੂੰ ਐਕਸੈਪਟ ਕਰ ਲਿਆ ਜਾਏਗਾ ਤੇ ਮੈਨੂੰ ਲੱਗਦਾ ਸਮਾਜ ਉਨਾ ਜ਼ਿਆਦਾ ਖੂਬਸੂਰਤ ਵੀ ਹੋ ਜਾਏਗਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਤੇ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਸੀ ਤੁਹਾਡੀ ਸ਼ਾਦੀ ਦੀ ਹੋ ਰਹੀ ਸੀ ਗੱਲ ਤੁਹਾਨੂੰ ਆਪਣਾ ਮੈਚ ਮਿਲਿਆ ਨਹੀਂ ਕਿ ਲੱਭਿਆ ਮੈਂ ਨਹੀਂ ਫੋਕਸਡ ਹਾਂ ਆਪਣੇ ਕੈਰੀਅਰ ਦੇ ਪ੍ਰਤੀ ਔਰ ਮੈਨੂੰ ਲੱਗਦਾ ਕਿ ਜਿੰਨਾ ਮੈਂ ਕੰਮ ਕੀਤਾ ਹੈ ਲਾਸਟ 20 ਸਾਲਾਂ ਦੇ ਵਿੱਚ ਮੈਨੂੰ 20 ইয়ারਸ ਆਫ ਮਾਈ ਕੈਰੀਅਰ ਮੈਨੂੰ ਤਾਂ ਮੈਂ ਟਾਈਮ ਵੀ ਨਹੀਂ ਲੱਗਾ ਇਹ ਕਹਿ ਲਵੋ ਚਲੋ ਠੀਕ ਹੈ ਜੀ ਤੇ ਤੁਸੀਂ ਜਿਵੇਂ ਆਪਾਂ ਗੱਲ ਕੀਤੀ ਕਿ ਕਲਾ ਨਾਲ ਤੁਸੀਂ ਬੜੇ ਨੇੜਿਓਂ ਤੁਸੀਂ ਜੁੜੇ ਰਹੇ ਹੋ ਤੁਸੀਂ ਲਿਖਦੇ ਵੀ ਹੋ ਤੁਸੀਂ ਕਵਿਤਾ ਲਿਖਦੇ ਹੋ ਕਵਿਤਾ ਤੁਹਾਡੀਆਂ ਮੈਂ ਕੁਝ ਕਵਿਤਾਵਾਂ ਪੜ੍ਹਨ ਦਾ ਵੀ ਮੌਕਾ ਮਿਲਿਆ ਮੈਨੂੰ ਪਰਸੋਂ ਇਹ 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 ਆਰਟ ਇਹ ਕਲਾ ਇਹ ਕਿਥੋਂ ਇਹਨੇ ਇਹਨਾਂ ਕੁਝ ਕਲਾ ਕਲਾ ਹੁੰਦੀ ਹੈ ਕੋਈ ਲਿਖਦਾ ਕੋਈ ਕਵਿਤਾ ਲਿਖਦਾ ਕੋਈ ਵਾਰਤਕ ਲਿਖਦਾ ਫਿਰ ਤੁਸੀਂ ਡਾਂਸ ਕਰਦੇ ਹੋ ਤੁਸੀਂ ਐਂਕਰ ਵੀ ਹੋ ਉਹਦੇ ਵਾਸਤੇ ਸਾਨੂੰ ਬਹੁਤ ਸਮਾਨ ਰੱਖਣਾ ਪੈਂਦਾ ਕੋਲ ਇਹ ਸਾਰਾ ਸਮਾਨ ਕਿਥੋਂ ਇਕੱਠਾ ਕਰਦੇ ਹੋ ਤੇ ਪੋएट ਪੋएट ਮਨ ਪੋएट ਬਹੁਤ ਆਫਟ ਹੁੰਦਾ ਮੈਂ ਉਹਦੀ ਕਲਪਨਾ ਦੀ ਦਾਤ ਦਿਨਾ ਕਿ ਕਲਪਨਾ ਦੇ ਦੌਰ ਚ ਲੈ ਜਾਂਦੇ ਨੇ ਤੁਹਾਨੂੰ ਕਿਵੇਂ ਇਹ ਸਾਰਾ ਕੁਝ ਕਰਦੇ ਹੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਨਾ ਮੇਰਾ ਆਲਾਦ ਵਾਲਾ ਬਹੁਤ ਜ਼ਿਆਦਾ ਜਿੰਨੇ ਮੈਨੂੰ ਪਰ ਮੈਂ ਮੈਂ ਛੋਟੀ ਹੁੰਦੀ ਆ ਤਾਂ ਲਿਖਦੀ ਸੀ ਪੰਜਵੀਂ ਛੇਵੀਂ ਤੋਂ 5th 6th class ਤੋਂ ਮੈਂ ਪੋਇਟਰੀ ਲਿਖਦੀ ਸੀ ਜਿਹੜੀ ਮੇਰੀ ਪਹਿਲੀ ਕਿਤਾਬ ਆਈ ਹੈ ਅਨਜਮਿਆ ਬੋਟ ਉਹ ਮੇਰੀ ਕਿਤਾਬ ਉਹ ਮੇਰਾ ਪਹਿਲਾ ਜਿਹੜੀ ਮੇਰੀ ਕਵਿਤਾ ਸੀ ਉਹ ਯੂਥ ਫੈਸਟੀਵਲ ਦੇ ਵਿੱਚ ਨੈਸ਼ਨਲ Winner ਰਹੀ ਸੀ ਤੇ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਸੀ ਉਸ ਕਵਿਤਾ ਨੇ ਮੈਨੂੰ ਬਹੁਤ ਜ਼ਿਆਦਾ ਨੈਸ਼ਨਲੀ ਕਾਲਜਿਸ ਦੇ ਵਿੱਚ ਬੜੀ ਰੈਕੋਗਨੀਸ਼ਨ ਦਿਵਾਈ ਸੀਗੀ ਕਿ ਉਹ ਫੀਮੇਲ ਫੈਟੀਸਾਈਡ ਦੇ ਉੱਪਰ ਕਵਿਤਾ ਸੀ ਕੈਕਟਸ ਸੀ ਜਿਹਦੇ ਵਿੱਚ ਸਿਰਫ ਕੁੜੀਆਂ ਹੀ ਪੈਦਾ ਹੁੰਦੀਆਂ ਨੇ ਤੇ ਉਹਨਾਂ ਦੀ ਦਾਦੀ ਉਹਨਾਂ ਨਾਲ ਸੰਵਾਦ ਕਰਦੀ ਹੈ ਵੀ ਤੁਸੀਂ ਇਕ ਲੈਣੀਆਂ ਹੋ ਤੁਸੀਂ ਇਸ ਤਰ੍ਹਾਂ ਦੀ ਆਓ ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਸੂਖਮਤਾ ਮੇਰੇ ਅੰਦਰ ਸ਼ਾਇਦ ਮੈਂ ਆਰਟ ਫਾਰਮਸ ਦੇ ਵਿੱਚ ਤਾਂ ਵੀ ਕੰਮ ਕੀਤਾ ਕਿਉਂਕਿ ਮੈਂ ਬੜੀ ਸ਼ੁਰੂ ਤੋਂ ਹੀ ਸੂਖਮ ਸੀ ਮੇਰੇ ਮਦਰ ਬਹੁਤ ਅੱਛਾ ਗਾਉਂਦੇ ਨੇ ਉਹ ਉਹ ਘਰ ਨਾ ਅਕਸਰ ਮੈਂ ਬਚਪਨ ਚ ਦੇਖਿਆ ਸੀ ਕਿ ਜਦੋਂ ਵੀ ਕੰਮ ਕਰਦੇ ਸੀ ਬੜਾ ਗੁੰਗੁਨਾਉਂਦੇ ਰਹਿੰਦੇ ਸਨ ਉਹਨਾਂ ਦੀ ਇੰਨੀ ਅੱਛੀ ਆਵਾਜ਼ ਏ ਮੈਂ ਅੱਜ ਸੋਚਦੀ ਹਾਂ ਵੀ ਸਾਨੂੰ ਲੋਕਾਂ ਨੂੰ ਮੌਕੇ ਮਿਲੇ ਪਰ ਕਿੰਨੀਆਂ ਇਹੋ ਜਿਹੀਆਂ ਔਰਤਾਂ ਨੇ ਜਿਨ੍ਹਾਂ ਨੂੰ ਮੌਕੇ ਨਹੀਂ ਮਿਲੇ ਮੈਨੂੰ ਲੱਗਦਾ ਕਿ ਇਹ ਕਲਾ ਵਾਲਾ ਬੀਜ ਨਾ ਕਿਧਰੇ ਮੇਰੇ ਮਦਰ ਦਾ ਸਪਰੈਸਟ ਉਹਨਾਂ ਦੇ ਅੰਦਰ ਜੀਨ ਸੀਗੇ ਤੇ ਉਹ ਮੇਰੇ ਚ ਪਰਫੁੱਲਿਤ ਹੋਏ ਨੇ ਵਾਹ ਜੀ ਵਾਹ ਤੇ ਜੇ ਤੁਸੀਂ ਪੰਜਾਬ ਆਰਟਸ ਕਾਉਂਸਲ ਦੇ ਚੇਅਰ ਵੀ ਰਹੇ ਉਹਦੇ ਵਿੱਚ ਕੀ ਕੀ ਜ਼ਿੰਮੇਵਾਰੀਆਂ ਸੀ ਤੁਹਾਡੀਆਂ ਦੇਖੋ ਜਿਹੜੀ ਪੰਜਾਬ ਆਰਟਸ ਕਾਉਂਸਲ ਦੀ ਮੈਨੂੰ ਜਦੋਂ ਕਿਉਂਕਿ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਆ ਕਿ ਜਦੋਂ ਮੈਂ ਆਰਟਿਸਟ ਬਣੀ ਤੇ ਮੈਨੂੰ ਲੱਗਾ ਕਿ ਆਰਟਿਸਟਾਂ ਦਾ ਕੋਈ ਸਾਡੀ ਨਾ ਯੂਨਿਟੀ ਨਹੀਂ ਹੈਗੀ ਉੱਥੇ ਪੰਜਾਬ 'ਚ ਕੋਈ ਵੀ ਆਰਟਿਸਟ ਮਰ ਜਾਂਦਾ ਹੈ, ਜਮ ਜਾਂਦਾ ਹੈ, ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ, ਉੱਥੇ ਕੋਈ ਸਪੋਰਟ ਸਿਸਟਮ ਨਹੀਂ ਹੈ ਸਾਡਾ। ਜੀ ਜਿਹਦਾ ਤੁਸੀਂ ਬਾਲੀਵੁੱਡ 'ਚ ਦੇਖੋਗੇ ਉਹ ਬੜਾ ਵੱਡਾ ਫੰਡ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਨੇ ਆਰਗੇਨਾਈਜ਼ਡ ਜਿਹੜੀਆਂ ਫੰਡਿੰਗ ਕਰਦੀਆਂ ਨੇ। ਉਦੋਂ ਪਰਮਿੰਦਰ ਸੰਧੂ ਹੁਣੀ ਕੈਂਸਰ ਨਾਲ ਜੂਝ ਰਹੇ ਸੀ ਤੇ ਮੈਨੂੰ ਲੱਗਾ ਕਿ ਉਹਨਾਂ ਦਾ ਪੂਰਾ ਪੈਸਾ ਉਹਨਾਂ ਦੇ ਘਰ ਦਾ ਲੱਗ ਗਿਆ ਸੀ ਉੱਥੇ ਤੇ ਮੈਂ ਉਦੋਂ ਸੀਐਮ ਸਾਹਿਬ ਕੋਲ ਜਾ ਕੇ ਕਿਉਂਕਿ ਮੈਂ ਲਾਇਰ ਸੀ ਕੌਨਫੀਡੈਂਟ ਸੀ ਕਿ ਮੈਂ ਇੱਕ ਦੋ ਆਰਟਿਸਟਾਂ ਨੂੰ ਕਿਹਾ ਕੋਈ ਕਹਿੰਦਾ ਅੱਛਾ ਚੀ ਮਤਲਬ ਚੱਲਦੇ ਆ ਕੋਈ ਗੱਲ ਨਹੀਂ ਉਹ ਇਦਾਂ ਥੋੜੀ ਮੀਟਿੰਗ ਮਿਲ ਜਾਏਗੀ ਮੈਂ ਉਹਨਾਂ ਦੇ ਆਫਿਸ 'ਚ ਫੋਨ ਕੀਤਾ ਮੈਨੂੰ ਉਹਨਾਂ ਨੇ ਮੀਟਿੰਗ ਦੇ ਦਿੱਤੀ ਤੇ ਉਹਨਾਂ ਨੇ ਇੱਕ ਵੱਡਾ ਫੰਡ ਉਹਨਾਂ ਨੂੰ ਡੀਸੀ ਸਾਹਿਬ ਨੂੰ ਰਿਲੀਜ਼ ਕਰ ਦਿੱਤਾ ਉਹਨਾਂ ਦੀ ਬਿਮਾਰੀ ਲਈ ਉਸ ਸਮੇਂ 3-4 ਆਰਟਿਸਟ ਹੋਰ ਨੇ ਮੈਂ ਨਾਮ ਨਹੀਂ ਲੈਣਾ ਟੂ ਡੂ ਆਨਰ ਟੂ ਥੈਮ ਤੇ ਮੈਂ ਉਹ ਫਿਰ ਜਦੋਂ ਇਹਨਾਂ ਦੀ ਗੱਲ ਆਈ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਐਮ ਸਾਹਿਬ ਨੇ ਕਿ ਬੀਬਾ ਜੀ ਤੁਸੀਂ ਇਦਾਂ ਸੋਚਦੇ ਹੋ ਸਾਡੇ ਕੋਲ ਇੱਕ ਕਾਉਂਸਲ ਏ ਕਲਾਕਾਰਾਂ ਦੀ ਤੁਸੀਂ ਉਹਦੇ 'ਚ ਕੰਮ ਕਰ ਲਓ ਐਕਚੁਅਲੀ ਰੰਦਾਵਾ ਸਾਹਿਬ ਨੇ ਉਹ ਜਿਹੜੀ ਕਾਉਂਸਲ ਬਣਾਈ ਸੀ ਉਹਦਾ ਕੰਮ ਸੀਗਾ ਕਿ ਕਲਾਕਾਰਾਂ ਦਾ ਇੱਕ ਸੰਗਠਨ ਜਿੱਥੇ ਉਹ ਇੱਕ ਫਾਰਮਲੀ ਇੱਕ ਉਹਨਾਂ ਦੀ ਜਗ੍ਹਾ ਹੋਵੇ ਸਰਕਾਰ ਵੱਲੋਂ ਦਿੱਤੀ ਹੋਈ ਲੇਕਿਨ ਉਹ ਸਦਾ ਤੋਂ ਉਹਨਾਂ ਲੋਕਾਂ ਦਾ ਨੌਨ ਜਿਹੜੇ ਸੀਗੇ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਸੀਗਾ ਉਹਦੇ ਵਿੱਚ ਜਾਂ ਸਮਝ ਲਓ ਵੀ ਇੱਕ ਫਾਰਮੈਲਟੀ ਲਈ ਉਹ ਚੇਅਰ ਬਣੀ ਸੀ ਫਿਰ ਜਦੋਂ ਮੈਂ ਕੰਮ ਕੀਤਾ ਤੇ ਮੈਨੂੰ ਲੱਗਾ ਕਿ ਪੰਜਾਬ ਦੀਆਂ ਮਤਲਬ ਆਰਟਸ ਨੂੰ ਸਾਂਭਣਾ ਬਹੁਤ ਹੈ ਅਸੀਂ ਪਹਿਲੀ ਵਾਰੀ ਤੀਆਂ ਦੇ ਪ੍ਰੋਗਰਾਮ ਕੀਤੇ ਪਹਿਲੀ ਵਾਰੀ ਅਸੀਂ ਸ਼ਿਵ ਕੁਮਾਰ ਬਟਾਲਵੀ ਜਿਹੜੇ ਐਡੀਟੋਰੀਅਮ ਖਰਾਬ ਹੋ ਰੇ ਸੀ ਉਹਨੂੰ ਮੈਂ ਰਿਵਾਈਵ ਕੀਤਾ ਦੁਬਾਰਾ ਤੋਂ ਪੰਜਾਬੀ ਜਿੰਨੇ ਵੀ ਥੀਏਟਰ ਦੇ ਲੋਕ ਸੀਗੇ ਉਹਨਾਂ ਨੂੰ ਬੁਲਾ ਕੇ ਮੈਂ ਸੋਚਿਆ ਕਿ ਇਹਨਾਂ ਨੂੰ ਅਸੀਂ ਹਰ ਮਹੀਨੇ ਕੁਝ ਪੈਸੇ ਦੇਈਏ ਕਿਉਂਕਿ ਮੈਂ ਸਰਕਾਰ ਕੋਲੋਂ ਪੈਸੇ ਵੀ ਲੈ ਕੇ ਆਈ ਸੀ ਮੈਂ ਉਹਨਾਂ ਨੇ ਕਿਹਾ ਸੀ ਮੈਂ ਤਾਂ ਚੇਅਰ ਲੈਣੀ ਹੈ ਅਗਰ ਉਹਦੇ ਵਿੱਚ ਫੰਡ ਦੀ ਕਿਉਂਕਿ ਮੈਂ ਨਾ ਯੰਗੇਸਟ ਪਹਿਲੀ ਪਰਫਾਰਮਿੰਗ ਆਰਟਿਸਟ ਸੀਗੀ ਵਾਹ ਜੀ ਵਾਹ ਤੇ ਉਹ ਜਦੋਂ ਮੈਂ ਗਈ ਤੇ ਸਾਰੇ ਬਜ਼ੁਰਗ ਸੀਗੇ ਹੁਣ ਉਹਨਾਂ ਲਈ ਮੈਨੂੰ ਐਜ਼ ਅ ਮਤਲਬ ਯੰਗ ਕੁੜੀ ਨੂੰ ਐਕਸੈਪਟ ਕਰਨਾ ਹੀ ਬੜਾ ਉਹਨਾਂ ਨੇ ਮੈਨੂੰ ਜਾਂਦੇ ਪਹਿਲੇ ਦਿਨ ਕਿਹਾ ਬੀਬਾ ਜੀ ਇੱਥੇ ਕੁਰਸੀ ਤੇ ਬੈਣਾ ਬੜਾ ਔਖਾ ਏ ਇੱਥੇ ਪੈਸਾ ਪੂਸਾ ਕੋਈ ਨਹੀਂ ਹੈਗਾ ਇਹ ਚੱਲਣਾ ਨਹੀਂ ਕੰਮ ਇੱਥੇ ਤੇ ਮੈਂ 4-5 ਦਿਨ ਜਾ ਕੇ ਸੈਂਟਰ ਚ ਵੀ ਤੇ ਪੰਜਾਬ ਗਵਰਨਮੈਂਟ ਚ ਦੋਵਾਂ ਚ ਫੰਡਿੰਗ ਕਾਫੀ ਵੱਡੇ ਲੈਵਲ ਤੇ ਲੈ ਕੇ ਆਈ ਸੀਗੀ ਪਰ ਉਹਦਾ ਇਹ ਹੋਇਆ ਕਿ ਉਹ ਮਤਲਬ ਅਗਰ ਉਹ ਲੰਬਾ ਟਨ ਉਹ ਇੱਕ ਲੰਬਾ ਪ੍ਰੋਸੈਸ ਸੀ ਐਚਡੀਐਫਸੀ ਨਾਲ ਮੇਰੀ ਗੱਲ ਹੋਈ ਕਿ ਲਾਈਫ ਇੰਸ਼ੋਰੈਂਸ ਜਿਹੜੇ ਮਿਜ਼ੀਸ਼ੀਅਨਸ ਨੇ ਜਿਹੜੇ ਸਾਡੇ ਆਰਟਿਸਟ ਨੇ ਦੇਖੋ ਇੱਕ ਸਮੇਂ ਤੋਂ ਬਾਅਦ ਨਹੀਂ ਪਰਫਾਰਮ ਕਰਦੇ ਜੀ ਜੀ ਹੈਲਥ ਇੰਸ਼ੋਰੈਂਸ ਦੇ ਟਕਟਾਸੀ ਕਰੀਏ ਨਾ ਕਿੰਨੇ ਕੋ ਕਲਾਕਾਰ ਹੁੰਦੇ ਨੇ 100 ਪਿੱਛੇ ਕੋਈ ਦੋ ਕਲਾਕਾਰ ਨੇ ਤੁਹਾਡੇ ਕੋ ਗਿਣਤੀ ਤੇ ਕੋਈ 5000 ਕਲਾਕਾਰ ਹੋਣਗੇ ਮਤਲਬ ਹਰ ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਅੱਜ ਵੀ ਮਤਲਬ ਅਸੀਂ ਅਗਰ ਪੁਰਾਣੇ ਸਮਾਜ ਨੂੰ ਦੇਖਣਾ ਅਸੀਂ ਗਾਣੇ ਦੇਖਦੇ ਆ ਅਸੀਂ ਫਿਲਮਾਂ ਦੇ ਅਸੀਂ ਉਹਨਾਂ ਨੂੰ ਵੀ ਨਾ ਸੰਭੀਏ ਬਹੁਤ ਸਾਰੇ ਕਲਾਕਾਰ ਇਸ ਤਰ੍ਹਾਂ ਗਏ ਨੇ ਬਹੁਤ ਜਿਹੜੇ ਜਿਹੜੇ ਦਵਾਈ ਹੱਥੋਂ ਚਲੇ ਗਏ ਸੋ ਮੈਂ ਇੱਕ ਐਫਰਟ ਕੀਤਾ ਉਹ ਕਿਉਂਕਿ ਮੇਰਾ ਜਨੂਨ ਹੈ ਮੈਨੂੰ ਕੰਮ ਕਰਨ ਦਾ ਸ਼ੌਕ ਹੈ ਤੇ ਉਹ ਅੱਗੋਂ ਫੋਲੋ ਅਪ ਨਹੀਂ ਹੋ ਪਾਇਆ ਮੈਨੂੰ ਇਸ ਦਾ ਦੁੱਖ ਹੈ ਪਰ ਮੈਨੂੰ ਲੱਗਦਾ ਹੈ ਕਿ ਕੁਝ ਬਹੁਤ ਵੱਡਾ ਕਰਨ ਦੀ ਜ਼ਰੂਰਤ ਹੈ ਇਸ ਪੱਖ ਦੇ ਵਿੱਚ ਤੁਸੀਂ ਅਸਤਿੰਦਰ ਜੀ ਜਿਵੇਂ ਦੱਸਿਆ ਕਿ ਕਲਾ ਨਾਲ ਜੁੜੇ ਰਹੇ ਕਲਾ ਆਰਟਸ ਕਾਉਂਸਲ ਨਾਲ ਜੁੜੇ ਰਹੇ ਔਰਮਨ ਏਮਪਾਵਰਮੈਂਟ ਦੀ ਗੱਲ ਵੀ ਤੁਸੀਂ ਕੀਤੀ ਹੈ ਤਾਂ ਤੁਸੀਂ ਇੱਕ ਐਨਜੀਓ ਵੀ ਰਨ ਕਰ ਰਹੇ ਹੋ ਸਾਨੂੰ ਉਸ ਐਨਜੀਓ ਬਾਰੇ ਦੱਸੋ ਦਾ ਸ਼ੈਲਟਰਜ਼ ਕੀ ਪ੍ਰੋਗਰਾਮ ਕੀ ਹੈ ਪ੍ਰੋਜੈਕਟ ਕੀ ਹੈ ਅਮ ਦਾ ਸ਼ੈਲਟਰਜ਼ ਇੱਕ ਐਨਜੀਓ ਸੀ 10 ਸਾਲ ਪਹਿਲਾਂ ਦੋ ਤਿੰਨ ਕੁੜੀਆਂ ਨੇ ਮਿਲ ਕੇ ਬਣਾਈ ਸੀ ਤਾਂ ਕਿ ਮੈਨੂੰ ਇਹ ਲੱਗਦਾ ਸੀ ਕਿ ਕੁੜੀਆਂ ਨੂੰ ਨਾ ਇੱਕ ਸੇਫ اسپੈਸ਼ਲੀ ਮੀਡੀਆ ਦੇ ਵਿੱਚ एनवायरनमेंट दी बड़ी जरूरत सी और एजुकेशन मीडिया दी बड़ी एक्सपेंसिव है अगर ਤੁਸੀਂ हायर कोर्सिस ਕਰਨੇ ਨੇ ਤੇ کافی एक्सपेंसिव ਨੇ ਸੋ ਉਹਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਸਾਡੀਆਂ মিডিਆ ਚ ਨੇ ਬੜੇ سارے نیوز ਚੈਨਲਸ ਨਾਲ ਕੰਮ ਕਰਦੇ ਨੇ ਮੁੰਡੇ ਕੁੜੀਆਂ ਉਹਦੇ ਡਾਇਰੈਕਟਰ ਆਫ ਫੋਟੋਗ੍ਰਾਫੀ ਡਿਜ਼ਾਈਨਿੰਗ ਕੋਰਸਸ سوشل میڈیا ਮੈਨੇਜਰਸ ਸੋ ਜਿਹੜੀ ਜੀਐਸ ਚੀਜ਼ ਦੀ ਡਿਮਾਂਡ ਹੈ ਹੁਣ ਇੱਕ ਪ੍ਰੋਜੈਕਟ ਅਸੀਂ ਕਰ ਰਹੇ ਆ ਜਿਹਦੇ ਵਿੱਚ ਜਿਹੜੇ ਡਰੱਗ ਡਿਕਸ ਨੇ ਉਹਨਾਂ ਦੀਆਂ ਵਾਈਫਸ ਨੂੰ ਅਸੀਂ ਟ੍ਰੇਨ ਕਰ ਰਹੇ ਆ ਕਿ ਐਟਲੀਸਟ ਉਹ ਆਪਣਾ ਘਰ ਦਾ ਸਰਵਾਈਵਲ ਕਰ ਸਕਣ ਸੋ ਅਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਮੈਨੇਜਮੈਂਟ ਦੀ ਟ੍ਰੇਨਿੰਗ ਦੇ ਰਹੇ ਆ ਕਿ ਉਹ ਘਟੋ ਘਟੋ ਘਟ ਕਿਸੇ ਵੀ ਕੰਪਨੀ ਦੇ ਨਾਲ ਕਲੈਬੋਰੇਟ ਕਰਕੇ ਅੱਜ ਕੱਲ ਹਰ ਬੰਦੇ ਨੂੰ ਚਾਹੀਦਾ ਕਿ ਕੰਪਨੀ ਨੂੰ ਵੀ ਮੇਰਾ ਇੰਸਟਾਗ੍ਰam ਹੈਂਡਲ ਵੀ ਹੋਵੇ ਮੇਰਾ ਫੇਸਬੁੱਕ ਵੀ ਅਪਲੋਡ ਹੋਵੇ ਤੇ ਘਟੂ ਘਟੂ ਉਹਨਾਂ ਨੂੰ ਅਗਰ ਟ੍ਰੇਨਿੰਗ ਹੋਵੇ 4-5 ਮਹੀਨੇ ਦੀ ਤੇ ਉਹ ਕਰੋ ਉਹ ਕੰਮ ਕਰ ਸਕਦੀਆਂ ਨੇ ਅਸੀਂ ਇੱਕ ਪ੍ਰੋਜੈਕਟ ਮੇਰਾ ਹੈ ਜਿਹਦੇ ਵਿੱਚ ਅਸੀਂ ਜਿੰਨੇ ਵੀ ਵਾਈਲਡ ਲਾਈਫ ਹੈ ਹਿੰਦੁਸਤਾਨ ਦੀ ਉਹਨਾਂ ਦੇ ਜਿਹੜੇ ਟ੍ਰੇਨਰ ਉਹਨਾਂ ਦੇ ਜਿਹੜੇ ਗਾਈਡਸ ਨੇ ਉਹਨਾਂ ਨੂੰ ਟ੍ਰੇਨ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਮੈਨੇਜਮੈਂਟ ਸਿਖਾਈ ਜਾਏ ਤਾਕੀ ਪੂਰੇ ਵਰਡ ਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਦੇ ਵਿੱਚ ਕਿੰਨੇ ਰਿਚ ਫੋਰੈਸਟ ਨੇ ਕਿੰਨੀਆਂ ਰਿਚ ਥਾਵਾਂ ਨੇ ਅਲੱਗ-ਅਲੱਗ ਥਾਵਾਂ ਦੀਆਂ ਸੋ ਮੈਨੂੰ ਇਹ ਲੱਗਦਾ ਕਿ ਕੁਝ ਨਾ ਕੁਝ ਇਹੋ ਜਿਹਾ ਜ਼ਰੂਰ ਕਰਦੇ ਰਹਿਣਾ ਚਾਹੀਦਾ ਕਿ ਜੇ ਜੇ ਸਮਾਜ ਨੇ ਤੁਹਾਨੂੰ ਦਿੱਤਾ ਤਾਂ ਸੋ ਬਹੁਤ ਸਾਰੀਆਂ ਕੁੜੀਆਂ ਜਦੋਂ ਸੈਲੂਨ ਚਲਾਉਂਦੀਆਂ ਨੇ ਬੁਟੀਕਸ ਰਨ ਕਰਦੀਆਂ ਨੇ ਲੋਨ ਅਸੀਂ ਉਹਨਾਂ ਨੂੰ ਦਿੰਨੇ ਆ ਸੋ ਮੈਂ ਗੁਰਦੁਆਰੇ ਮੰਦਿਰ ਹਮੇਸ਼ਾ ਪੈਸੇ ਨਹੀਂ ਚੜਾਏ ਮੇਰਾ ਸ਼ੁਰੂ ਤੋਂ ਸੁਭਾਅ ਹੈ ਮੈਂ ਫਰਦਸਵੰਦ ਜ਼ਰੂਰ ਕੱਢਦੀ ਹਾਂ ਔਰ ਮੈਂ ਦਸਵੰਦ ਇਸੇ ਰੂਪ 'ਚ ਹੀ ਕੱਢਦੀ ਹਾਂ ਆਪਣਾ ਤੇ ਤੁਹਾਡੇ ਇਸ ਸ਼ੈਲਟਰ ਨੂੰ ਯੂਨਾਈਟਿਡ ਨੇਸ਼ਨਸ ਵੱਲੋਂ ਵੀ ਮਾਨਤਾ ਹੈ ਹਾਂਜੀ ਅਸੀਂ UNDP ਵੱਲੋਂ ਇਸ ਵਾਰ ਨਾਮਿਨੇਟ ਹੋਏ ਸੀ ਵੀ ਵਰ 3rd ਇਨ ਪੰਜਾਬ ਜੀ ਸੋ ਹਾਪਫਲੀ ਉਹਨਾਂ ਨੇ ਸਾਡੇ ਕੰਮ ਨੂੰ ਰੈਕੋਗਨਾਈਜ਼ ਕੀਤਾ ਸੀ UNDP ਨੇ ਸੋ ਇਹ ਬੜੀ ਵੱਡੀ ਗੱਲ ਸੀਗੀ ਕਿਉਂਕਿ ਮੈਨੂੰ ਤੇ ਪਤਾ ਨਹੀਂ ਆਊਟ ਆਫ ਦਾ ਵੇ ਮੇਰੀ CEO ਦਾ ਮੈਨੂੰ ਫੋਨ ਆਇਆ ਕਿ ਅਸੀਂ UNDP ਲਈ ਨਾਮਿਨੇਟ ਹੋਇਆ ਕਿ ਚਲੋ दैट्स वेरी ग्रेट ਮੈਂ ਉਦੋਂ ਵੀ ਕੈਨੇਡਾ ਲੋ ਕਰ ਰਹੀ ਸੀ ਉਹਨਾਂ ਨੇ ਮੈਨੂੰ ਦੱਸਿਆ ਪਿਛਲੇ ਸਾਲ ਜੀ ਤੇ ਇਹਦੇ ਤਹਿਤ ਫਿਰ ਕੀ ਹੋਏਗਾ ਜੀ ਇਹਦੇ ਤਹਿਤ ਫੰਡਿੰਗ ਹੋਏਗੀ ਕਿ ਅਸੀਂ ਹਜੇ ਪ੍ਰੋਸੈਸ ਚਾਹਾਂਜੀ ਉਹਦੇ ਲਈ ਕਾਫੀ ਲੰਬਾ ਇੰਟੈਂਸ ਪ੍ਰੋਸੈਸ ਹੈ ਕਿਉਂਕਿ ਅਸੀਂ ਕੁਆਲੀਫਾਈ ਕਰਦੇ ਆ ਲੇਕਿਨ ਉਹਦੇ ਲਈ ਇੱਕ ਪ੍ਰੋਸੀਜਰ ਪੇਪਰਵਰਕ ਚੱਲ ਰਿਹਾ ਹੈ lettes see ਕਿ ਅਗਰ ਉਹ ਫੰਡਿੰਗ ਦੇ ਦੇਣ ਤਾਂ ਫਿਰ ਸਾਡੇ ਕੁਝ ਵੱਡੇ ਪ੍ਰੋਜੈਕਟਸ ਨੇ ਕਿਉਂਕਿ ਤੁਹਾਨੂੰ ਫੰਡਿੰਗ ਦੀ ਤੇ ਜ਼ਰੂਰਤ ਹੁੰਦੀ ਹੈ ਉਸ ਤੋਂ ਬਿਨਾ ਅਜੇ ਤੱਕ ਤੇ ਮੈਂ ਆਪਣੇ ਸਰਵਾਈਵਲ ਚੋ ਕਰ ਰਹੀ ਸੀ ਯਾ ਛੋਟੀ ਮੋਟੀ ਅਸੀਂ ਮੇਰੇ ਫਰੈਂਡ ਸਰਕਲ ਕਾਫੀ ਸਪੋਰਟ ਕਰਦਾ ਸੋ ਇਹਦੇ ਵਿੱਚ ਜਿਹੜੇ ਤੁਸੀਂ ਵਿਮਨ ਐਪਾਵਰਮੈਂਟ ਵਿੱਚ ਹੋਰ ਕੀ ਕੀ ਕਰ ਰਹੇ ਹੋ ਤੁਸੀਂ ਇੱਕ ਇੱਕ ਪਹਿਲੂ ਦੱਸਿਆ ਉਹਦੇ ਵਿੱਚ ਤੇ ਇਹਦੇ ਵਿੱਚ ਕੀ ਕੀ ਹੋਏਗਾ ਜੀ ਇਦੇ ਚ ਅਸੀਂ ਨਾ ਕੁੜੀਆਂ ਨੂੰ ਨਾ ਸਿਰਫ ਟ੍ਰੇਨਡ ਕਰਦੇ ਆ ਅਸੀਂ ਉਹਨਾਂ ਨੂੰ ਇਹ ਇਹ ਕਹਿੰਨੇ ਆ ਕਿ ਤੁਸੀਂ ਆਪ ਆਪਣੀ এমਪਲੋਇਮੈਂਟ ਖੁਦ ਜਨਰੇਟ ਕਰੋ ਉਹ ਚਾਰ ਚਾਰ ਪੰਜ ਪੰਜ ਜਣੀਆਂ ਦਾ ਗਰੁੱਪ ਬਣਾ ਕੇ ਉਹ ਸੈਲੂਨ ਖੋਲ੍ਹ ਲੈਂਦੀਆਂ ਨੇ ਉਹ ਚਾਰ ਪੰਜ ਜਣੀਆਂ ਆਪਣਾ ਬੁਟੀਕਸ ਰਨ ਕਰ ਰਹੀਆਂ ਨੇ ਉਹਨਾਂ ਵਿੱਚੋਂ ਚਾਰ ਪੰਜ ਕੁੜੀਆਂ ਨੇ ਜਿਨ੍ਹਾਂ ਨੇ ਮੀਡੀਆ ਦੇ ਵਿੱਚ ਸੋਸ਼ਲ ਇਨਫਲੂਐਂਸ ਦੀ ਏਜੰਸੀਸ ਖੋਲੀਆਂ ਨੇ ਇਸ ਤਰ੍ਹਾਂ ਛੋਟੇ-ਛੋਟੇ ਯੂਨਿਟਸ ਜਿਹੜੇ ਨੇ ਬੜੇ ਛੋਟੇ ਲੈਵਲ ਤੇ ਕੰਮ ਹੈ ਲੇਕਿਨ ਉਹ ਛੋਟੇ-ਛੋਟੇ ਲੈਵਲ ਤੇ ਕੰਮ ਕਰ ਰਹੀਆਂ ਨੇ ਤੁਹਾਨੂੰ ਇਹ ਬੜੀ ਖੁਸ਼ੀ ਹੁੰਦੀ ਹੈ ਜਦੋਂ ਮਤਲਬ ਉਹ ਬਿਲਕੁਲ ਕੁੜੀਆਂ ਇੱਕ ਸਾਡੇ ਕੋਲ ਮੁੰਡਾ ਆਇਆ ਸੀ ਉਹ ਕੈਬ ਡਰਾਈਵਰ ਸੀ Uber ਚ ਲਾਂਦਾ ਸੀਗਾ ਉੱਥੇ ਚੰਡੀਗੜ੍ਹ ਤੇ ਉਹਨੇ ਇੱਥੇ ਕੋਰਸ ਕੀਤਾ ਸਾਡੇ ਕੋਲ ਡਾਇਰੈਕਟਰ ਆਫ ਫੋਟੋਗ੍ਰਾਫੀ ਦਾ ਉਹਦੀ ਹੁਣੇ ਸਟੋਰੀ ਵੀ ਪਬਲਿਸ਼ ਹੋਈ ਸੀ ਉਨੇ ਫੋਟੋਗ੍ਰਾਫੀ ਚੋਂ ਕਿਉਂਕਿ ਕਾਫੀ ਅਜਹਰ ਬੰਦੇ ਨੂੰ ਫੋਟੋਗ੍ਰਾਫਰ ਦੀ ਵੀਡੀਓਗ੍ਰਾਫਰ ਦੀ ਜ਼ਰੂਰਤ ਹੈ ਉਹਨੇ ਥੋੜੇ ਜਿਹੇ ਪੈਸੇ ਜੋੜ ਕੇ ਇੱਕ ਕੈਮਰਾ ਲੈ ਲਿਆ ਅੱਜ ਉਹ ਤੁਸੀਂ ਮੰਨੋਗੇ 2 ਲੱਖ ਰੁਪਏ ਮਹੀਨਾ ਚਲਾਂਦਾ ਏ ਔਰ ਜਦੋਂ ਵੀ ਮੈਨੂੰ ਮਿਲਦਾ ਨਾ ਉਹ ਕਹਿੰਦਾ ਮੈਮ ਕਿ ਮੈਂ ਕਦੀ ਮਤਲਬ ਸੋਚ ਵੀ ਨਹੀਂ ਸਕਦਾ ਸੀਗਾ ਕਿ ਮੈਂ ਸਾਰਾ ਦਿਨ ਕਿਆ ਹੁਣ ਉਹਦੇ ਕੋਲ 4-5 ਕੈਮਰੇ ਨੇ ਉਹ ਰੈਂਟ ਤੇ ਵੀ ਦਿੰਦਾ ਵਾ ਤੇ ਤੁਹਾਨੂੰ ਕਿੰਨਾ ਆਨਰ ਮਹਿਸੂਸ ਹੁੰਦਾ ਕਿ ਇਹ ਨੌਜਵਾਨ ਪੀੜ੍ਹੀ ਪੰਜਾਬ ਦੀ ਜਿਹਨੂੰ ਸੇਧ ਦੇਣ ਦੀ ਬੜੀ ਜ਼ਰੂਰਤ ਹੈ ਇਹ ਨਹੀਂ ਕਿ ਉਹਨਾਂ 'ਚ ਪੋਟੈਂਸ਼ੀਅਲ ਦੀ ਕਮੀ द थिंग इज कि एक विजन ਤੁਹਾਨੂੰ ਦੇ ਨਹੀਂ ਪਏਗੀ ਤੁਸੀਂ ਇੱਕ ਬੱਚੇ ਨੂੰ ਲੈ ਕੇ ਆਏ ਹੋ ਤਾਂ ਉਹਨੂੰ ਦੱਸਣਾ ਪਏਗਾ ਕਿ ਕਰਨਾ ਕੀ ਹੈ ਅੱਜ ਦੀ ਨੌਜਵਾਨ ਪੀੜੀ ਦੀ ਪ੍ਰੋਬਲਮ ਬਤਾ ਕੀ ਹੈ ਉਹ ਇੱਕ ਬੜਾ ਅੱਛਾ ਸ਼ੇਰ ਹੈ ਕਿ ਹਮਸੇ ਹੁਨਰ ਜੀਨੇ ਕਾ ਸਿੱਖੋ ਕਿ ਹਮ ਬਜ਼ੁਰਗੋ ਮੇਂ ਬੈਠਤੇ ਬਹੁਤ ਹੈ ਨੌਜਵਾਨੋ ਕੀ ਮਜਬੂਰੀਆਂ ਹੈ ਯੇ ਸੋਚਤੇ ਕਮ ਔਰ ਸਮਝਤੇ ਬਹੁਤ ਹੈ ਇਨਨੂੰ ਇਹ ਲੱਗਦਾ ਕਿ ਸਭ ਕੁਛ ਆਂਦਾ ਹੈ ਉਹਦੇ ਵਿੱਚ ਕਨਫਿਊਜ਼ਡ ਹੋ ਗਏ ਨੇ ਇਨਾਂ ਨੂੰ ਵਿਜ਼ਨ ਪਤਾ ਨਹੀਂ ਲੱਗ ਰਹੀ ਆਪਣੀ ਕੀ ਕਰਨਾ ਕੀ ਹੈ ਜੀਵਨ ਦੇ ਵਿੱਚ ਹੁਣ ਜੇ ਸਭ ਨੇ ਆਈਲੈਂਡ ਕਰਕੇ ਕੈਨੇਡਾ ਆਣਾ ਤਾਂ ਸਾਰੀ ਦੁਨੀਆ ਨੂੰ ਲੱਗਦਾ ਕਿ ਇਹੋ ਹੀ ਮਿਸ਼ਨ ਹੈ ਅੱਛਾ ਜੇ ਸਾਡੇ ਪਿੰਡ ਕੋਈ ਨਾਈ ਦੀ ਦੁਕਾਨ ਖੁੱਲ ਜਾਂਦੀ ਏ ਸੈਲੂਨ ਉਹਨਾਂ ਨੂੰ ਲੱਗਦਾ ਇਹੋ ਹੀ ਇੱਕ ਮਿਸ਼ਨ ਹੈ ਇਹ ਕਾਮ ਸੋ ਇਹ ਉੱਥੇ ਟੈਲੈਂਟ ਦੀ ਕਮੀ ਨਹੀਂ ਤੁਸੀਂ ਦੇਖੋ ਟੈਲੈਂਟ ਦੀ ਕਮੀ ਹੋਇਆ ਤੇ ਅੱਜ ਵਰਡ ਬੈਂਕ ਦੇ ਹੈੱਡ ਸਰਦਾਰ ਹੋਵੇ ਸਾਡਾ ਸਾਡੀ ਕਮਿਊਨਿਟੀ ਦਾ ਬੰਦਾ ਸਾਡੀ ਕਮਿਊਨਿਟੀ ਦੇ ਲੋਕ ਤੁਸੀਂ ਦੇਖੋ ਕਿਹਦਾ ਕਿਹਦਾ ਕੰਮ ਕਰ ਰਹੇ ਨੇ ਵਰਡ ਦੇ ਵਿੱਚ ਦ ਥਿੰਗ ਇਜ਼ ਵੀ ਨੀਡ ਟੂ ਹੈਵ ਅ ਲੀਡਰਸ ਸਾਡੇ ਕੋਲ ਉਹ ਮੈਂਟਰਸ ਚਾਹੀਦੇ ਨੇ ਜਿਹੜੇ ਨੇ ਬੱਚਿਆਂ ਨੂੰ ਇੱਕ ਸਹੀ ਰਸਤਾ ਦੇਣ ਕਿ ਪਈਆ ਤੁਹਾਡੇ ਕੋਲ ਹੈਗਾ ਉਹਨਾਂ ਨੂੰ ਦਿਖੇ ਅੱਗੇ ਕੁਝ ਸੋ ਉਹਨਾਂ ਲੋਕਾਂ ਦੀ ਬੜੀ ਜ਼ਰੂਰਤ ਹੈ ਪੰਜਾਬ ਨੂੰ ਬਿਲਕੁਲ ਠੀਕ ਹੈ ਤੇ ਥੋੜੀ ਜੀ ਗੱਲ ਤੁਹਾਡੀ ਪੋਇਟਰੀ ਦੀ ਵੀ ਕਰ ਲੈਣੀ ਕਰ ਲੈਣੀ ਚਾਹੀਦੀ ਹੈ ਕਿ ਰੂਹੇ ਰਮਜ਼ ਤੁਹਾਡੀ ਕਿਤਾਬ ਆ ਰਹੀ ਹੈ ਹਾਂਜੀ ਤੇ ਹੋਰ ਵੀ ਪਹਿਲਾਂ ਪੋਇਟਰੀ ਤੇ ਕਿਤਾਬਾਂ ਆ ਚੁੱਕੀਆਂ ਨੇ ਇੱਕ ਕਿਤਾਬ ਮੇਰੀ ਅੰਜਮਿਆ ਬੋਟ ਕਾਫੀ ਲੋਕਾਂ ਨੇ ਪਸੰਦ ਕੀਤੀ ਹੈ ਉਹਦੇ ਚੋਂ ਮੈਂ ਇੱਕ ਕਵਿਤਾ ਵੀ ਸੁਨਾਨੀ ਆ ਮੈਨੂੰ ਬੜੀ ਪਸੰਦ ਦਿਓ ਰੱਖ ਹੌਸਲਾ ਕਰ ਫਤੇ ਦੁਨੀਆ ਦੁੱਖ ਸੁੱਖ ਤੇ ਤਾਣਾ ਬਾਣਾ ਹੈ ਜੋ ਡਿੱਗਦੇ ਨੇ ਉਹ ਟਹਿ ਜਾਂਦੇ ਚੱਲ ਸਮਨ ਸਮੇ ਨਾਲ ਕਿ ਤੇਰੇ ਨਾਲ ਜ਼ਮਾਨਾ ਏ ਤੂੰ ਸੌ ਸੂਰਜਾਂ ਦੇ ਸੇਕ ਜਹੀ ਤੂੰ ਸੌ ਸੂਰਜਾਂ ਦੇ ਸੇਕ ਜਹੀ ਅਜੇ ਤਾਂ ਤੂੰ ਇਤਿਹਾਸ ਬਣਾਉਣਾ ਏ ਹਾਂ ਸੋ ਮੈਨੂੰ ਇਹ ਲੱਗਦਾ ਕਿ ਕਵਿਤਾ ਮੇਰੇ ਰਗ ਰਗ ਚ ਇਸੇ ਕਰਕੇ ਮੈਂ ਪਪੂਲਰ ਵੀ ਆ ਲੋਕਾਂ ਨੇ ਬੜੀ ਮੁਹੱਬਤ ਦਿੱਤੀ ਹੈ ਮੈਨੂੰ ਇਸ ਗੱਲ ਦੀ ਰੂਹੇ ਰਮਜ਼ ਮੈਂ YouTube ਤੇ ਇੱਕ ਸੋਲ ਬਲੌਗਸ ਕਰਦੀ ਆ ਬਹੁਤ ਮਕਬੂਲ ਨੇ ਉਹ ਜਿਹਦੇ ਚ ਮੋਟੀਵੇਸ਼ਨਲ ਇਨਸਪੀਰੇਸ਼ਨਲ ਹੁੰਦੀਆਂ ਨੇ ਤੇ ਉਹਨੂੰ ਮੈਂ ਸੋਚਿਆ ਕਿ ਬਹੁਤ ਲੋਕ ਵੱਡੀ ਤਦਾਦ ਉਹਦੇ ਵਿੱਚ ਮੇਰੇ ਨਾਲ ਲੋਕ ਜੁੜੇ ਨੇ ਉਸ ਇਨਸਪੀਰੇਸ਼ਨਲ ਟਾਕਸ ਤੇ ਕਰਕੇ ਫਿਰ ਮੈਂ ਸੋਚਿਆ ਕਿ ਕਿਉਂ ਨਹੀਂ ਇੱਕ ਕਿਤਾਬ ਲਿਖੀ ਜਾਵੇ ਜਿੱਥੇ ਦੱਸਿਆ ਜਾਵੇ ਕਿ ਅਸਲ ਜੀਵਨ ਨੂੰ ਜਿਉਣਾ ਕਿਵੇਂ ਹੈ ਸਾਨੂੰ ਸਭ ਕੁਝ ਸਿਖਾਇਆ ਜਾਂਦਾ ਹੈ ਪੈਸੇ ਕਿਵੇਂ ਕਮਾਣੇ ਨੇ ਅਮੀਰ ਕਿਵੇਂ ਬੰਨਾ ਹੈ ਕਲਾਸ ਦੇ ਵਿੱਚੋਂ ਜਾਂ ਲੋਕਾਂ 'ਚੋਂ ਫਰਸਟ ਕਿਵੇਂ ਆਣਾ ਹੈ ਘਰ ਵੱਡੇ ਕਿਵੇਂ ਲੈਣੇ ਹੈ ਰੇਂਜ ਰੋਵਰ ਲੈਂਡ ਕੂਜ਼ਰ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ ਤੇ ਖੁਸ਼ ਰਹਿਣਾ ਇਹ ਨਹੀਂ ਸਿਖਾਇਆ ਜਾਂਦਾ ਸੋ ਮੇਰਾ ਮਕਸਦ ਸਿਰਫ ਇੰਨਾ ਹੈ ਕਿ ਅਸੀਂ ਅਗਰ ਆਪਣੀ ਨੌਜਵਾਨ ਪੀੜ੍ਹੀ ਨੂੰ ਅਗਰ ਇਹ ਦੱਸ ਸਕੀਏ ਨਾ ਕਿ ਲਾਈਫ ਦਾ ਪਰਪਸ ਕੀ ਹੈ ਐਂਡ ਹਾਊ ਟੂ ਲਿਵ ਇਟ ਸੋ ਰੂਹੇ ਰਮਸ اپنی روح ਨਾਲ ਕਨੈਕਟ ਕਰਨ ਦੀ ਗੱਲ ਹੈ ਸੋ ਉਹ ਕਿਤਾਬ ਆਲਮੋਸਟ ਰੈਡੀ ਹੈ ਤੇ ਹੁਣ ਥੋੜੇਕ ਮਹੀਨਿਆਂ ਚ 1-2 ਮਹੀਨਿਆਂ ਚ ਕਿਉਂਕਿ ਹੁਣ ਮੈਂ ਆ ਜਾਈ ਫੁੱਲ ਫਲੈਸ਼ਡ ਲਾ ਦੀ ਡਿਗਰੀ ਲਿੱਤੀ ਹੈ ਦੀ ਆਪਣੀ ਰਿਸਪੌਂਸਿਬਿਲਟੀ ਹੈ ਕੈਨੇਡਾ ਇਜ਼ ਅ ਲੈਂਡ ਆਫ ਓਪਰਚ्युनिटीज ਸੋ ਆਮ ਜਸਟ ਐਕਸਪਲੋਰਿੰਗ ਇਟ ਤੇ ਉਹ ਵੀ ਬਿਲਕੁਲ ਰੈਡੀ ਹੈ ਬਟ ਜਲਦੀ ਤਿਆਰ ਹੋ ਕੇ ਤੁਹਾਡੇ ਸਾਹਮਣੇ ਕਰਾਂਗੇ ਤੇ ਹੁਣ ਤੁਹਾਡੇ ਫਿਊਚਰ ਪਲਾਨਸ ਕੀ ਨੇ ਮੈਂ ਕੋਈ ਫਿਊਚਰ ਪਲਾਨ ਨਹੀਂ ਕੀਤਾ ਮੈਂ ਜ਼ਿੰਦਗੀ ਨੂੰ ਹਰ ਪਲ ਜਿਉਂ ਚ ਵਿਸ਼ਵਾਸ ਰੱਖਦੀ ਹਾਂ ਮੈਂ ਅੱਜ ਹੀ ਜਿਉਂਦੀ ਆ ਮੈਂ ਕੱਲ ਕਦੀ ਜੀਉਂਦੀ ਨਹੀਂ ਆ ਅੱਜ ਠੀਕ ਹੈ ਨਾ ਅੱਜ ਤੁਹਾਡਾ ਮੁਲਾਕਾਤ ਹੋਈ ਇੰਨਾ ਸੋਹਣਾ ਸੂਰਜ ਨਿਕਲਿਆ ਹੋਇਆ ਬਾਕੀ ਕੱਲ ਬਾਬੇ ਨੇ ਉਹਨੇ ਪਤਾ ਹੈ ਕਿ ਉਹਨੇ ਹੋ ਸਕਦਾ ਹੈ ਕਿ ਬਹੁਤ ਬਿਹਤਰ ਕੀਤਾ ਹੋਵੇ ਸੋਚਿਆ ਹੋਵੇ ਬਿਲਕੁਲ ਠੀਕ ਉਹ ਜਿਵੇਂ ਜਿਵੇਂ ਮੈਨੂੰ ਮੈਨੂੰ ਮਤ ਦਿੰਦਾ ਮੈਂ ਉਸੇ ਹਿਸਾਬ ਨਾਲ ਆਪਣੀ ਜ਼ਿੰਦਗੀ ਜੀ ਲੈਣੀ ਆ ਬਹੁਤ ਜ਼ਿਆਦਾ ਲੰਬੀ ਪਲੈਨਿੰਗਾਂ ਚ ਉਹ ਕਹਿੰਦੇ ਸਮਾਂ ਤੋਂ 100 ਬਰਸ ਦਾ ਹੈ ਔਰ ਪਲਕੀ ਖਬਰ ਨਹੀਂ ਬਿਲਕੁਲ ਠੀਕ ਹੈ ਸੋ ਇਸ ਕਰਕੇ ਅੱਜ ਜੀ ਲੈਣਾ ਚਾਹੀਦਾ ਬਹੁਤ ਮਿਹਰਬਾਨੀ ਤੇ ਸਾਡੇ ਸੁਣਨ ਵਾਲਿਆਂ ਲਈ ਤੁਹਾਡਾ ਕੀ ਮੈਸੇਜ ਹੈ ਤੋੜੇ ਸੁਣਨ ਵਾਲੇ ਤੋਂ ਇਸ ਲਈ ਇੱਕ ਯਾਦ ਰੱਖਣਾ ਇੱਕ ਖਿਆਲ ਰੱਖਣਾ ਕਿ ਵਿਮਨ ਦੇਤੇ ਆਪਾਂ ਗੱਲ ਕਰ ਰਹੇ ਹਾਂ ਮੈਂ ਬਸ ਇਹੀ ਕਹਿਣਾ ਚਾਹਨੀ ਆ ਕਿ ਦੇਖੋ ਸਮਾਜ ਇੱਕ ਬੜੀ ਇਸ ਟਾਈਮ ਦਵੰਦ ਦੀ ਦਿਸ਼ਾ ਚਾ ਰਿਹਾ ਚੱਲ ਰਿਹਾ ਹੈ ਲੋਕਾਂ ਨੂੰ ਇਹ ਗਿਲੇ ਨੇ ਕਿ ਔਰਤਾਂ ਜਿਹੜੀਆਂ ਨੇ ਉਹ ਘਰ ਖਰਾਬ ਹੋ ਰਹੇ ਨੇ ਬੱਚੇ ਕਨਫਿਊਜ਼ਡ ਨੇ ਉਹਦਾ ਕਾਰਨ ਇਹ ਨਹੀਂ ਕਿ ਔਰਤ ਜਿਹੜੀ ਉਹ ਸਮਾਜ ਤੋਂ ਬਦਲਾਵ ਚਾਹਦੀ ਹੈ ਉਹ ਸਿਰਫ ਸਾਨੂੰ ਇਹ ਐਕਸੈਪਟ ਕਰਨ ਦੀ ਲੋੜ ਹੈ ਕਿ ਸਮਾਜ ਬਦਲ ਗਿਆ ਇਸ ਔਰਤ ਨੂੰ ਅਸੀਂ ਅਸੀਂ ਰਿਸਪੈਕਟ ਦਈਏ ਜਦੋਂ ਤੁਸੀਂ ਔਰਤ ਨੂੰ ਸਾਥੀ ਸਮਝੋਗੇ ਉਹ ਤੁਹਾਡੇ ਤੋਂ ਅੱਗੇ ਨਹੀਂ ਹੋਣਾ ਚਾਹ ਰਹੀ ਉਹ ਸਿਰਫ ਤੁਹਾਡਾ ਹੱਥ ਫੜ ਕੇ ਤੁਹਾਡੇ ਨਾਲ ਹਿੰਮਤ ਦੇ ਨਾਲ ਚੱਲਣਾ ਚਾਹ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਸਮਾਜ ਨੂੰ ਔਰਤਾਂ ਦੇ ਨਾਲ ਔਰਤਾਂ ਦੇਖੋ ਮੈਂ ਕਹਿੰਨੀ ਹੂ ਔਰਤ ਘਰ ਦੀ ਨੀ ਅਤੇ ਆਦਮੀ ਘਰ ਦੀ ਛੱਤ ਹੈ ਨੀ ਤੇ ਛੱਤ ਦੋਵਾਂ ਚੋਂ ਇੱਕ ਖਰਾਬ ਹੋ ਜੇ ਤੇ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਸੋ ਇਸ ਵਿਮਨ ਦੇ ਉੱਤੇ ਜੇ ਅਸੀਂ ਇਸ ਛੱਤ ਨੂੰ ਮਹਿਬੂਬ ਰੱਖਦੇ ਹਾਂ ਤੇ ਨੀਆ ਬਜ਼ੁਰਗਾਂ ਦੇ ਉਹਦੇ ਪੱਕੀਆਂ ਕਰਨੀਆਂ ਬਹੁਤ ਜ਼ਰੂਰੀ ਨੇ ਸੋ ਪਲੀਜ਼ ਮੈਨੂੰ ਲੱਗਦਾ ਕਿ ਆਪਣੀਆਂ ਧੀਆਂ ਨੂੰ ਉੱਡਣ ਲਈ ਅਸਮਾਨ ਦਵੋ ਬਹੁਤ ਵੱਡੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਅੰਦਰ ਉਹਨਾਂ ਦੇ ਅੰਦਰ ਪੋਟੈਂਸ਼ੀਅਲ ਹੈ ਵਿਆਹ ਐਂਡ ਆਫ ਲਾਈਫ ਨਹੀਂ ਹੈ ਇਟਸ ਅ ਵੈਰੀ ਇੰਪੋਰਟੈਂਟ ਪਾਰਟ ਆਫ ਲਾਈਫ ਪਰ ਸਿਰਫ ਇਹ ਇਸ ਕਰਕੇ ਕਿ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਲੈਟ them bloom ਜੀ ਬਿਲਕੁਲ ਠੀਕ। ਔਰ ਮੈਨੂੰ ਲੱਗਦਾ ਵਧੀਆ ਸਮਾਜ ਦੀ ਸਿਰਜਣਾ ਕਰ ਰਹੀਆਂ ਨੇ ਔਰ ਤੁਹਾਡਾ ਮਾਣ ਵਧਾਣਗੀ। ਬਹੁਤ ਬਹੁਤ ਧੰਨਵਾਦ ਸਤੀ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਸਾਡਾ ਮਾਣ ਵਧਾਇਆ। थैंक यू वेरी मच फॉर कमिंग। थैंक यू जी इट्स such an honor. थैंक यू सो मच। ਬਹੁਤ ਮਿਹਰਬਾਨੀ।